ਸਤਿ ਸ਼੍ਰੀ ਅਕਾਲ ਸਰ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਐਗਜ਼ਾਮ ਸਟੱਡੀ ਦੇ ਵਿੱਚ। ਅੱਜ ਅਸੀਂ ਮਾਸਟਰ ਕੈਡਰ ਦੇ 2016 ਦੇ ਸਿਵਿਕਸ ਦੇ ਅਗਲੇ 30 ਕੁਆਸ਼ਨ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ 40 ਕੁਆਸ਼ਨ ਜਿਹੜੇ ਪ੍ਰੀਵੀਅਸ ਈਅਰ ਦੇ ਉਹ ਕਰ ਚੁੱਕੇ ਹਾਂਗੇ। ਉਸਦੀ ਜਿਹੜੀ ਵੀਡੀਓ ਤੁਸੀਂ ਸਾਡੀ ਚੈਨਲ ਦੀ ਪਲੇਲਿਸਟ ਦੇ ਵਿੱਚ ਆ ਕੇ ਦੇਖ ਸਕਦੇ ਹੋਗੇ ਅਤੇ ਉਹ ਅੱਜ ਆਪਾਂ ਉਸ ਤੋਂ ਅਗਲੇ 30 ਕੁਆਸ਼ਨ ਕਰਾਂਗੇ। 2002 ਤੋਂ 2004 ਦੌਰਾਨ ਭਾਰਤ ਦਾ ਉਪ ਪ੍ਰਧਾਨ ਮੰਤਰੀ ਕੌਣ ਸੀ? ਤਾਂ ਉਹ ਸੀ ਐਲ.ਕੇ. ਅਡਵਾਨੀ। ਅਗਲਾ ਪ੍ਰਸ਼ਨ, ਪੰਜਾਬ ਦਾ ਗਵਰਨਰ ਕੌਣ ਸੀ? ਤਾਂ ਉਹ ਸੀਗਾ ਕਪਤਾਨ ਏ ਸੋਲੰਕੀ। ਇਹ ਆਪਾਂ 2016 ਦਾ ਪੇਪਰ ਜਿਹੜਾ ਸੋਲਵ ਕਰ ਰਹੇ ਹਾਂ, ਪ੍ਰੀਵੀਅਸ ਪੇਪਰ ਮਾਸਟਰ ਕੈਡਰ ਦਾ। ਪੰਜਾਬ ਤੋਂ ਸੰਸਦ ਵਿੱਚ ਲੋਕ ਸਭਾ ਦੇ ਸਦੱਸ ਦੀ ਸੰਖਿਆ ਕਿੰਨੀ ਹੈ, ਯਾਨੀ ਕਿ ਮੈਂਬਰਾਂ ਦੀ ਜਿਹੜੀ ਸੰਖਿਆ ਉਹ ਕਿੰਨੀ ਹੁੰਦੀ ਆ ਲੋਕ ਸਭਾ ਦੀ? ਤਾਂ ਲੋਕ ਸਭਾ ਦੀ 13 ਗੀ, ਜੇਕਰ ਰਾਜ ਸਭਾ ਦੀ ਪੁੱਛਿਆ ਜਾਵੇ ਤਾਂ ਰਾਜ ਸਭਾ ਦੇ 7 ਮੈਂਬਰ ਨੇ, ਪੰਜਾਬ ਦੇ ਵਿੱਚੋਂ ਲਏ ਜਾਂਦੇ ਨੇ। ਪੰਜਾਬ ਵਿੱਚ ਕਿਹੜਾ ਸਦਨ ਮੌਜੂਦ ਨਹੀਂ ਹੈ? ਤਾਂ ਆਪਾਂ ਨੂੰ ਪਤਾ ਵੀ ਜਿੱਥੇ ਪੰਜਾਬ ਹੈਗਾ ਉੱਥੇ ਵਿਧਾਨ ਮੰਡਲ ਦਾ ਇੱਕੋ ਇੱਕ ਸਦਨ ਆ ਵਿਧਾਨ ਸਭਾ, ਅਤੇ ਵਿਧਾਨ ਪਰਿਸ਼ਦ ਦਾ ਜਿਹੜਾ ਉਹ ਮੌਜੂਦ ਨਹੀਂ ਹੈਗੀ, ਇਸ ਲਈ ਵਿਧਾਨ ਪਰਿਸ਼ਦ ਆਊਗਾ ਇਹਦਾ ਆਂਸਰ। ਭਾਰਤ ਵਿੱਚ ਕਿੰਨੇ ਰਾਜ ਹਨ? ਤਾਂ 2016 ਦੇ ਵਿੱਚ ਭਾਰਤ ਦੇ ਵਿੱਚ ਰਾਜਾਂ ਦੀ ਜਿਹੜੀ ਸੰਖਿਆ ਸੀ 29 ਸੀ, ਅਤੇ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਵਰਤਮਾਨ ਸਮੇਂ ਦੇ ਵਿੱਚ 28 ਰਾਜ ਨੇ। ਭਾਰਤੀ ਸੰਵਿਧਾਨ ਦੇ ਭਾਗ ਦੂਜੇ ਅਧੀਨ ਆਰਟੀਕਲ 5 ਤੋਂ 11 ਸੰਬੰਧਿਤ ਹਨ, ਤਾਂ ਉਹ ਸੰਬੰਧਿਤ ਹਨ ਨਾਗਰਿਕਤਾ ਨਾਲ। 2003 ਵਿੱਚ ਭਾਰਤੀ ਸੰਵਿਧਾਨ ਵਿੱਚ ਕਿਹੜੀ ਸ਼ਰਤ ਲਿਆਂਦੀ ਗਈ ਸੀ? ਤਾਂ ਉਹ ਭਾਰਤ ਦੇ ਵਿਦੇਸ਼ੀ ਨਾਗਰਿਕਾਂ ਨੂੰ ਜਿਹੜੀ ਨਾਗਰਿਕਤਾ ਗੀ ਉਹ ਕਿਵੇਂ ਦਿੱਤੀ ਜਾ ਸਕਦੀ ਹੈਗੀ, ਤਾਂ ਇਹ ਸ਼ਰਤ ਆ ਜਿਹੜੀ 2003 ਦੇ ਵਿੱਚ ਲਿਆਂਦੀ ਗਈ ਸੀ। ਅਸਹਿਯੋਗ ਅੰਦੋਲਨ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰੋ, ਤਾਂ ਇਹਦੇ ਵਿੱਚ ਸੀਗੇ ਜਿਹੜੇ ਜੋਸਫ ਟੀਟੂ, ਜਵਾਹਰ ਲਾਲ ਨਹਿਰੂ ਅਤੇ ਏ ਨਾਸਿਰ, ਸਾਰਿਆਂ ਦਾ ਯੋਗਦਾਨ ਸੀ। ਇਸ ਲਈ ਜਿਹੜਾ ਇਹਦਾ ਰਾਈਟ ਆਂਸਰ ਆਊਗਾ ਡੀ ਆਊਗਾ। ਪੰਚਸ਼ੀਲ ਦਾ ਵਿਚਾਰ ਉਤਪੰਨ ਹੋਇਆ ਸੀ, ਤਾਂ ਉਹ ਹੋਇਆ ਸੀ ਭਾਰਤ ਤੋਂ। ਅਗਲਾ ਪ੍ਰਸ਼ਨ, ਪੰਚਸ਼ੀਲ ਦੇ ਆਧਾਰ 'ਤੇ ਜਵਾਹਰ ਲਾਲ ਨਹਿਰੂ ਨੇ 1954 ਵਿੱਚ ਕਿਸ ਨਾਲ ਸੰਧੀ ਹਸਤਾਖਰ ਕੀਤੀ ਸੀ? ਤਾਂ ਉਹ ਕੀਤੀ ਸੀ ਚੀਨ ਦੇ ਨਾਲ, ਜਿਹੜਾ ਉੱਥੇ ਚੀਨ ਦੇ ਵਿੱਚ ਜਿਹੜਾ ਵਿਅਕਤੀ ਸੀ ਉਹਦਾ ਨਾਂ ਸੀ ਚਾਉ ਇਨ ਲਾਈ। ਅਸਹਿਯੋਗ ਲਹਿਰ ਕਾਇਮ ਹੋਈ, ਤਾਂ ਉਹ ਹੋਈ ਸੀਗੀ ਸ਼ਾਂਤ ਆਪਸੀ ਹੋਂਦ ਲਈ, ਸਸ਼ਸਤਰੀਕਰਨ ਲਈ ਅਤੇ ਗੈਰ ਵਸਤੀਵਾਦ ਲਈ। ਇਹ ਇਹਨਾਂ ਦੇ ਵਿੱਚੋਂ ਜਿਹੜੇ ਰਾਈਟ ਆਂਸਰ ਆ ਉਹ ਡੀ ਆ, ਆਪਸ਼ਨ ਡੀ। ਨਾਗਰਿਕਤਾ ਤੋਂ ਕੀ ਭਾਵ ਹੈ? ਤਾਂ ਆਪਾਂ ਦੇਖਦੇ ਹਾਂ ਜੋ ਕਿਹੜਾ ਆਂਸਰ ਹੈ ਜਿਹੜਾ ਸਹੀ ਹੋ ਸਕਦਾ। ਸਮਾਜ ਦੀ ਸਦੱਸਤਾ ਦੀ ਸਮਾਜਿਕ ਸ਼ਨਾਖਤ, ਸਮਾਜਿਕ ਸ਼ਨਾਖਤ ਨਾਲ ਕੋਈ ਲਿੰਕ ਨਹੀਂ ਹੈਗਾ ਇਹਦਾ। ਵਿਅਕਤੀ ਦੀ ਨਾਗਰਿਕਤਾ ਦੇ ਤੌਰ 'ਤੇ ਕਾਨੂੰਨੀ ਸ਼ਨਾਖਤ, ਬਿਲਕੁਲ ਸਹੀ, ਇੱਕ ਤਰ੍ਹਾਂ ਦੀ ਕਾਨੂੰਨੀ ਮਾਨਤਾ ਹੁੰਦੀ ਹੈਗੀ ਨਾਗਰਿਕਤਾ ਜਿਹੜੀ ਹੁੰਦੀ ਆ। ਰਾਜ ਦੀ ਸਦੱਸਤਾ, ਯਾਨੀ ਕਿ ਮੈਂਬਰ ਹੋਣਾ ਚਾਹੀਦਾ ਉਹ, ਤਾਂ ਇਹਦਾ ਆਂਸਰ ਰਾਈਟ ਆਊਗਾ ਡੀ, ਬੀ ਅਤੇ ਸੀ ਦੋਵੇਂ। ਰਾਜ ਸਭਾ ਦਾ ਪ੍ਰਧਾਨ ਕੌਣ ਹੁੰਦਾ ਹੈ? ਤਾਂ ਹੁੰਦਾ ਗਾ ਭਾਰਤ ਦਾ ਉਪਰਾਸ਼ਟਰਪਤੀ। ਭਾਰਤ ਦੇ ਪਹਿਲੇ ਉਪਰਾਸ਼ਟਰਪਤੀ ਦਾ ਨਾਂ ਦੱਸੋ, ਤਾਂ ਉਹ ਸੀ ਡਾਕਟਰ ਰਾਧਾ ਕ੍ਰਿਸ਼ਨ। ਭਾਰਤ ਵਿੱਚ ਸਰਕਾਰ ਦਾ ਰੂਪ ਕੀ ਹੈ? ਤਾਂ ਆਪਾਂ ਨੂੰ ਪਤਾ ਕਿ ਇੱਥੇ ਸੰਸਦੀ ਸ਼ਾਸਨ ਪ੍ਰਣਾਲੀ ਆ, ਸੰਸਦ ਦੇ ਦੋ ਸਦਨ ਨੇਗੇ, ਰਾਜ ਸਭਾ ਅਤੇ ਲੋਕ ਸਭਾ। ਭਾਰਤ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਅਤੇ ਸੰਗਠਨ ਨਾਲ ਕਿਹੜਾ ਆਰਟੀਕਲ ਸੰਬੰਧਿਤ ਹੈ? ਤਾਂ ਉਹ ਆਰਟੀਕਲ ਹੈਗਾ 124। ਭਾਰਤੀ ਸਰਵਉੱਚ ਅਦਾਲਤ ਕਿੱਥੇ ਸਥਿਤ ਹੈ? ਤਾਂ ਉਹ ਕਿੱਥੇ ਸਥਿਤ ਹੈਗੀ? ਦਿੱਲੀ ਦੇ ਵਿੱਚ। ਭਾਰਤ ਵਿੱਚ ਸਰਵਉੱਚ ਅਦਾਲਤ ਦਾ ਚੀਫ ਜਸਟਿਸ ਨਹੀਂ ਸੀ, ਮਤਲਬ ਹੁਣ ਤੱਕ ਜਿਹੜਾ ਚੀਫ ਜਸਟਿਸ ਬਣੇ ਨੇ ਉਹਨਾਂ ਦੇ ਵਿੱਚੋਂ ਇਹਨਾਂ ਵਿਅਕਤੀਆਂ ਦੇ ਵਿੱਚੋਂ ਕੌਣ ਨਹੀਂ ਸੀ? ਤਾਂ ਉਹ ਸੀ M.C. ਸਟੈਲਵਾਰਡ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਵਿਧਾਨ ਕੌਂਸਲ ਇਸ ਤੋਂ ਬਾਅਦ ਖਤਮ ਹੋ ਗਈ ਸੀ, ਤਾਂ ਉਹ ਹੋ ਗਈ ਸੀ 7 ਜਨਵਰੀ 1970 ਤੋਂ ਬਾਅਦ। ਅਗਲਾ ਪ੍ਰਸ਼ਨ, ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਹੈ? ਤਾਂ ਉਹ ਹੈਗੀ ਆ 117 ਸੀਟਾਂ। ਭਾਰਤ ਵਿੱਚ ਨਿਰਪੱਖ ਚੇਤਨਾ ਦਾ ਸਵਾਗਤ ਕਿਸ ਨੇ ਕੀਤਾ? ਤਾਂ ਉਹ ਕੀਤਾ ਸੀਗਾ ਵਕੀਲ ਨੇ ਅਤੇ ਪਬਲਿਕ ਨੇ, ਇਸ ਲਈ ਰਾਈਟ ਆਂਸਰ ਆਊਗਾ ਆਪਸ਼ਨ ਡੀ, ਬੀ ਅਤੇ ਸੀ ਦੋਵੇਂ। ਭਾਰਤੀ ਸੰਵਿਧਾਨ ਵਿੱਚ 1976 ਵਿੱਚ ਕਿਹੜੀ ਸੋਧ ਐਕਟ ਨੇ ਬੁਨਿਆਦੀ ਫਰਜ਼ਾਂ ਨੂੰ ਸ਼ਾਮਿਲ ਕੀਤਾ ਸੀ? ਤਾਂ ਉਹ ਕੀਤਾ ਸੀ 42ਵੀਂ ਸੋਧ।
ਜਿਹੜੀ ਕਿ 1976 ਈਸਵੀ ਦੇ ਵਿੱਚ ਹੋਈ ਸੀ। ਯੂ ਐਨ ਓ ਕਦੋਂ ਹੋਂਦ ਵਿੱਚ ਆਇਆ? ਤਾਂ ਉਹ ਆਇਆ ਸੀ 24 ਅਕਤੂਬਰ 1945 ਈਸਵੀ ਦੇ ਵਿੱਚ। ਯੂ ਐਨ ਓ ਦੇ ਪਹਿਲੇ ਸੈਕਟਰੀ ਜਨਰਲ ਦਾ ਨਾਂ ਲਿਖੋ, ਤਾਂ ਉਹਦਾ ਨਾਂ ਸੀ ਟ੍ਰਾਈ ਗਮ ਲੀ। ਅਗਲਾ ਪ੍ਰਸ਼ਨ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਮੁੱਖ ਦਫ਼ਤਰ ਕਿੱਥੇ ਹੈ? ਤਾਂ ਉਹ ਹੈਗਾ ਗਾ ਹੇਗ ਦੇ ਵਿੱਚ। ਅਗਲਾ ਪ੍ਰਸ਼ਨ, ਯੂਨੈਸਕੋ ਦਾ ਮੁੱਖ ਦਫ਼ਤਰ ਸਥਿਤ ਹੈ? ਤਾਂ ਉਹ ਹੈਗਾ ਗਾ ਪੈਰਿਸ ਦੇ ਵਿੱਚ। ਕਿਹੜਾ ਦੇਸ਼ ਯੂ ਐਨ ਓ ਦੀ ਸੁਰੱਖਿਆ ਸਭਾ ਦਾ ਸਥਾਈ ਸਦੱਸ ਨਹੀਂ ਹੈ? ਤਾਂ ਕੌਣ ਨਹੀਂ ਹੈਗਾ? ਕਨੇਡਾ। ਆਪਾਂ ਨੂੰ ਪਤਾ ਜਿਹੜੇ ਯੂ ਐਨ ਓ ਦੇ 27 ਸਦੱਸ ਨੇ ਉਹਨਾਂ ਦੀ ਸੰਖਿਆ ਹੈਗੀ ਆ 5, ਜਿਨ੍ਹਾਂ ਨੂੰ ਵੀਟੋ ਪਾਵਰ ਦਾ ਅਧਿਕਾਰ ਆ, ਅਮੈਰੀਕਾ, ਚੀਨ, ਇੰਗਲੈਂਡ, ਫਰਾਂਸ ਅਤੇ ਰੂਸ। ਸਾਮਵਾਦੀ ਚੀਨ ਨੂੰ ਯੂ ਐਨ ਓ ਵਿੱਚ ਵੀਟੋ ਪਾਵਰ ਕਦੋਂ ਮਿਲੀ ਸੀ? ਤਾਂ ਉਹ ਮਿਲੀ ਸੀ 1971 ਈਸਵੀ ਦੇ ਵਿੱਚ। ਅਗਲਾ ਪ੍ਰਸ਼ਨ, ਯੂ ਐਨ ਓ ਦਾ ਸੈਕਟਰੀ ਜਨਰਲ ਕੌਣ ਹੈ? ਤਾਂ ਉਹ ਸੀ ਬਨ ਕੀ ਮੂਨ 2016 ਦੇ ਵਿੱਚ। ਭਾਰਤ ਵਿੱਚ ਸੰਘਵਾਦ ਦੇ ਮਾਡਲ ਕਿਹੜੇ ਹਨ? ਤਾਂ ਇਹਦਾ ਆਪਸ਼ਨ ਆ ਏਕਾਤਮਵਾਦੀ, ਬਿਲਕੁਲ ਸਹੀ, ਸਹਿਕਾਰੀ ਸੰਘਵਾਦ, ਬਿਲਕੁਲ ਸਹੀ, ਸੌਦੇਬਾਜ਼ੀ ਸੰਘਵਾਦ, ਬਿਲਕੁਲ ਸਹੀ, ਉਪਰੋਕਤ ਸਾਰੇ ਨੇ। ਅਗਲਾ ਪ੍ਰਸ਼ਨ, ਸਰਕਾਰੀ ਕਮਿਸ਼ਨ ਜਾਣਿਆ ਜਾਂਦਾ ਹੈ? ਤਾਂ ਇਹ ਜਾਣਿਆ ਜਾਂਦਾ ਗਾ ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਲਈ। ਭਾਰਤ ਵਿੱਚ ਚੋਣ ਆਯੋਗ ਕਦੋਂ ਸਥਾਪਿਤ ਹੋਇਆ ਸੀ? ਤਾਂ ਉਹ ਹੋਇਆ ਸੀਗਾ 25 ਜਨਵਰੀ 1950 ਈਸਵੀ ਦੇ ਵਿੱਚ। ਭਾਰਤ ਵਿੱਚ ਚੋਣ ਆਯੋਗ ਕਦੋਂ ਇੱਕ ਬਹੁ ਸਦੱਸੀ ਸੰਸਥਾ ਬਣੀ ਸੀ? ਤਾਂ ਉਹ ਬਣੀ ਸੀ 1 ਅਕਤੂਬਰ 1993 ਈਸਵੀ ਦੇ ਵਿੱਚ। ਪੂਰਬ ਮੁੱਖ ਚੋਣ ਕਮਿਸ਼ਨਰ ਦੀ ਪਛਾਣ ਕਰੋ, ਤਾਂ ਉਹ ਸੀ MM ਗਿੱਲ। ਜਿਹੜੇ ਸਵਿਕਸ ਦੇ ਵਿੱਚ ਨੇ ਕਰੰਟ ਅਫੇਅਰ ਜ਼ਿਆਦਾ ਆਉਂਦੇ ਨੇਗੇ, ਤਾਂ ਇਸ ਕਰਕੇ ਆਪਾਂ ਕਰੰਟ ਅਫੇਅਰ ਕਰਾਂਗੇ ਜਿਹੜੇ ਕਰੰਟਲੀ ਚੱਲ ਰਹੇ ਨੇਗੇ, ਜਿਵੇਂ ਆਪਣੇ ਪ੍ਰਾਈਮ ਮਿਨਿਸਟਰ ਹੋ ਗਏ, ਠੀਕ ਆ, ਪ੍ਰੈਜੀਡੈਂਟ ਹੋ ਗਏ, ਠੀਕ ਆ, ਯੂ ਐਨ ਓ ਦੇ ਮੈਂਬਰ ਹੋ ਗਏ, ਦੇਸ਼ ਨੇ ਜਿਹੜੇ ਕੀ ਐਕਟੀਵਿਟੀਆਂ ਹੁੰਦੀਆਂ ਨੇ, ਜ਼ਿਆਦਾਤਰ ਇਹਦੇ 'ਚੋਂ ਕੁਆਸਚਨ ਨੇ ਜਿਹੜੇ ਕਰੰਟ ਅਫੇਅਰ ਦੇ ਵਿੱਚੋਂ ਪੁੱਛੇ ਜਾਂਦੇ ਨੇ। ਨੋਟਾ ਤੋਂ ਕੀ ਭਾਵ ਹੈ? ਇਹ ਤੋਂ ਭਾਵ ਹੈ ਨਨ ਆਫ ਦੀ ਅਬਵ। ਨੋਟਾ ਵੱਟਣ ਦੀ ਜਿਹੜੀ ਵਰਤੋਂ ਹੈਗੀ ਉਹ ਵੋਟਾਂ ਦਾ ਹੈਰਾਨ ਕੀਤੀ ਜਾਂਦੀ ਹੈਗੀ। ਇਹਦੇ ਵਿੱਚ ਇੱਦਾਂ ਹੁੰਦਾ ਵੀ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਵੋਟ ਨਹੀਂ ਪਾਈ ਜਾਂਦੀ ਹੈਗੀ। ਇਹ ਸੀ ਸਵਿਕਸ ਦਾ 2016 ਦਾ ਮਾਸਟਰ ਗੇਟਰ ਦਾ ਪ੍ਰੀਵੀਅਸ ਪੇਪਰ ਜਿਹੜਾ ਕਿ ਅਸੀਂ ਸੋਲਵ ਕੀਤਾ ਗਾ। ਇਸ ਤੋਂ ਪਹਿਲਾਂ ਵੀ ਅਸੀਂ ਮਾਸਟਰ ਗੇਟ 2016 ਦੇ 40 ਕੁਆਸਚਨ ਆ ਜਿਹੜੇ ਕਰ ਚੁੱਕੇ ਹੈਗੇ, ਉਹ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋਗੇ। ਅਤੇ ਹੋਰ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਧੰਨਵਾਦ ਜੀ।